ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਟੌਪਿਕਸ 'ਤੇ ਗੱਲ ਲਗਾਤਾਰ ਕਰਦੇ ਹਾਂ ਅਸੀਂ ਤੀਰਥ ਸਿੰਘ ਪਨੈਕਲ ਦੇ ਨਾਲ, ਜਿਹੜੇ ਪਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਿਟਡ ਨੂੰ ਰਿਪ੍ਰੈਜੈਂਟ ਕਰਦੇ ਨੇ। ਅੱਜ ਫਿਰ ਇੱਕ ਬੜਾ ਮਹੱਤਵਪੂਰਨ ਵਿਸ਼ਾ। ਆਮ ਤੌਰ 'ਤੇ ਸਟੂਡੈਂਟਸ ਔਰ ਯੂਨੀਵਰਸਿਟੀ ਦਾ ਆਮਣਾ ਸਾਹਮਣਾ ਬਹੁਤ ਘੱਟ ਹੁੰਦਾ, ਪਰ ਪਨੈਕਲ ਦੇ ਦਫ਼ਤਰ ਦੇ ਵਿੱਚ, ਜਲੰਧਰ ਦਫ਼ਤਰ 'ਚ 13 ਮਾਰਚ ਨੂੰ ਇੱਕ ਖਾਸ ਮੌਕਾ ਵਿਦਿਆਰਥੀਆਂ ਨੂੰ ਮਿਲਣ ਜਾ ਰਿਹਾ, ਜਦੋਂ UCW ਇਸ ਯੂਨੀਵਰਸਿਟੀ ਦੇ ਅਧਿਕਾਰੀ ਤੀਰਥ ਜੀ ਦੇ ਨਾਲ ਵਿਦਿਆਰਥੀਆਂ ਨੂੰ ਮਿਲਣਗੇ। ਜ਼ਿਆਦਾ ਅਪਡੇਟ ਸਿੱਧਾ ਤੀਰਥ ਜੀ ਤੋਂ ਲੈਂਦੇ ਹਾਂ। ਤੀਰਥ ਜੀ, ਇਹਦਾ ਫਾਇਦਾ ਅਤੇ ਨਫ਼ਾ ਨੁਕਸਾਨ ਵੀ ਸਾਡੇ ਨਾਲ ਸਾਂਝਾ ਕਰੀਓ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਸਰ ਨਫ਼ਾ ਹੀ ਨਫ਼ਾ ਜੀ, ਮੈਂ ਤਾਂ ਕਹੂੰਗਾ, ਮਤਲਬ ਕਿ ਫਾਇਦਾ ਹੀ ਫਾਇਦਾ ਹੋਏਗਾ, ਸਪੈਸ਼ਲੀ ਜਿਹੜਾ ਕਿ ਆ ਨਵੇਂ ਅਪਡੇਟ ਆਏ ਆ, ਅਟੈਸਟੇਸ਼ਨ ਲੈਟਰ ਜਿਹੜੀ ਕਿ ਆਈ ਆ ਸੀਟ ਐਲੋਕੇਸ਼ਨ ਨੂੰ ਲੈ ਕੇ। ਹਰ ਬੱਚੇ ਨੂੰ ਇਹੀ ਹੈ ਕਿ ਉਹਨੂੰ ਸੀਟ ਮਿਲ ਜੂ ਜਾਂ ਨਹੀਂ ਮਿਲ ਜੂਗੀ। ਅਤੇ ਮੈਂ ਦੱਸ ਦੇਵਾਂ ਕਿ UCW ਅਤੇ ਜਾਂ ਜਿਹੜੇ ਰਿਪਿਊਟਡ ਜਿੰਨੇ ਵੀ ਇੰਸਟੀਟਿਊਟ ਆ, ਉਹਨਾਂ ਦੀਆਂ ਸੀਟ 'ਚ ਕੋਈ ਖਾਸਾ ਫਰਕ ਨਹੀਂ ਪਿਆ। ਸੋ ਹਰ ਬੱਚੇ ਲਈ ਕਿ ਸਭ ਤੋਂ ਵੱਡੀ ਪਹਿਲੀ ਜਿਹੜੀ ਮੋਸਟ ਇੰਪੋਰਟੈਂਟ ਹੁੰਦਾ ਨਾ, ਤਕਰੀਬਨ ਜੇ ਮੈਂ ਕਹਾਂ ਕਿ ਬੱਚਿਆਂ ਦਾ ਸਵਾਲ ਹੀ ਹੁੰਦਾ, ਮੈਨੂੰ ਵਰਕ ਪਰਮਿਟ ਮਿਲ ਜੂ, ਮੈਨੂੰ ਆਹ ਹੋ ਜੂ, ਮੈਨੂੰ ਕੰਮ ਮਿਲ ਜੂ, ਮੈਨੂੰ ਇੱਦਾਂ ਹੋ ਜੂ, ਹਰ ਤਰ੍ਹਾਂ ਦੇ ਆਪਣੇ ਆਪਣੇ ਸਵਾਲ ਹੁੰਦੇ ਆ। ਮੈਂ ਤਾਂ ਕਹੂੰਗਾ ਆਪ ਡਾਇਰੈਕਟਲੀ ਯੂਨੀਵਰਸਿਟੀ ਦੇ ਰੈਪਰਜੈਂਟੇਟਿਵ ਤੋਂ, ਜਿਨ੍ਹਾਂ ਦੇ ਤੁਹਾਡੀਆਂ ਆਫਰ ਲੈਟਰ ਆਉਣੀਆਂ, ਕਈਆਂ ਦੇ ਬੱਚਿਆਂ ਦੀ ਆਫਰ ਲੈਟਰ ਪੈਂਡਿੰਗ ਵੀ ਹੋਣੀਆਂ, ਅਤੇ ਬਿਲਕੁਲ ਤੁਸੀਂ ਸਿੱਧਾ ਆ ਸਕਦੇ ਆ। ਸੋ ਤੁਹਾਡਾ ਕੇਸ ਮੈਂ ਤਾਂ ਕਹਿੰਦਾ ਜੇ ਕਿਤੋਂ ਵੀ ਲੱਗਾ ਹੋਇਆ ਵਾ, ਅਤੇ ਜ਼ਰੂਰ ਜੇ ਤੁਹਾਨੂੰ ਡਾਊਟ ਹੈਗਾ ਕਿਸੇ ਤੋਂ ਆਫਰ ਲੈਟਰ ਅਪਲਾਈ ਕੀਤੀ ਨਹੀਂ ਆ ਰਹੀ, ਸੋ ਹੁਣ ਮੈਂ ਤਾਂ ਕਹੂੰਗਾ ਸਾਰੇ ਵਿਚੋਲੇ ਬਾਹਰ ਡਾਇਰੈਕਟ ਰਿਪ੍ਰੈਜੈਂਟੇਟਿਵ ਨਾਲ ਤੁਸੀਂ ਗੱਲ ਕਰ ਸਕਦੇ ਆ। 13 ਮਾਰਚ ਅਤੇ ਫੁੱਲ ਡੇ, ਇੱਕੋ ਹੀ ਮੋਟਿਵ ਹੈਗਾ ਸਪੈਸ਼ਲ ਅੱਜ ਦੇ ਡੇਟ ਦੇ ਵਿੱਚ, ਜਿੱਥੇ ਕਿਤੇ ਨਾ ਕਿਤੇ ਮਸ਼ਹੂਰੀਆਂ ਆ ਰਹੀਆਂ, ਆਫਰ ਲੈਟਰ ਦੇ ਬੱਚਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਜਾਂ ਕਿਹਾ ਜਾ ਰਿਹਾ ਜੀ, ਹੁਣ ਜਿਹੜੀਆਂ ਕਿ ਜਿੰਨੇ ਯੂਨੀਵਰਸਿਟੀ ਜਾਂ ਇੰਸਟੀਟਿਊਟ ਦੇ ਵਿੱਚ ਡਾਇਰੈਕਟ ਵਰਕ ਪਰਮਿਟ ਹੈਗਾ ਵਾ, ਤੁਹਾਨੂੰ ਉੱਥੇ ਜਿਹੜੀਆਂ ਕਿ ਸੀਟਾਂ ਨਹੀਂ ਮਿਲਣਗੀਆਂ, ਪ੍ਰਾਈਵੇਟ ਕਾਲਜ 'ਚ ਚਲ ਜਾਓ ਜਿਹਨਾਂ ਦੇ ਵਰਕ ਪਰਮਿਟ ਨਹੀਂ ਹੈ। ਸੋ ਬਿਲਕੁਲ ਉਹਨਾਂ ਦਾ ਜਵਾਬ ਮਿਲੇਗਾ, ਤੁਹਾਨੂੰ ਡਾਇਰੈਕਟ ਮਿਲ ਕੇ ਤੁਸੀਂ ਆਪ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਆ। ਆਫਰ ਲੈਟਰ ਨਹੀਂ ਆ ਰਹੀ, ਤੁਸੀਂ ਆਪਣੇ ਸਵਾਲ ਮੌਕੇ 'ਤੇ ਆਪਣੀ ਫਾਈਲ ਅਸੈਸ ਕਰਾ ਸਕਦੇ ਆ। ਸੋ ਇੱਕ ਗੋਲਡਨ ਅਪਰਚੁਨਿਟੀ ਹੈ, ਅਤੇ ਸਭ ਨੂੰ ਪਤਾ UCW ਉਹ ਯੂਨੀਵਰਸਿਟੀ ਹੈਗੀ ਹੈ ਜਿੱਥੇ ਪੜ੍ਹ ਕੇ ਡਾਇਰੈਕਟ ਵਰਕ ਪਰਮਿਟ ਮਿਲਦਾ, ਅਤੇ 96% ਜਿਹੜੇ ਕਿ ਬੱਚੇ ਆ ਉਹਨਾਂ ਦੇ ਪੜ੍ਹਾਈ ਪੜ੍ਹ ਕੇ ਉਹਨਾਂ ਦੀ ਪਲੇਸਮੈਂਟ ਜਿਹੜੀ ਹੁੰਦੀ ਆ ਜੋਬ 'ਤੇ ਲੱਗਦੇ ਆ। ਸੋ ਵਿਨ ਵਿਨ ਸਿਚੁਏਸ਼ਨ ਹੈਗੀ ਆ। ਸੋ 13 ਮਾਰਚ ਨੂੰ ਜਿਹੜੇ ਬੱਚੇ ਜ਼ਰੂਰ ਆਉਣ, ਸਪੈਸ਼ਲੀ ਟੈਸਟੇਸ਼ਨ ਲੈਟਰ ਦੇ ਮੁੱਦਿਆਂ ਤੋਂ ਬਾਅਦ, ਕਿਉਂਕਿ ਸਭ ਨੂੰ ਇਹ ਪਤਾ ਲੱਗ ਚੁੱਕਾ ਕਿ ਟੈਸਟੇਸ਼ਨ ਲੈਟਰ ਜਿਹੜੀ ਪ੍ਰੋਵਿੰਸ ਨੇ ਆ ਯੂਨੀਵਰਸਿਟੀ ਨੂੰ ਦੇਣੀ ਆ, ਯੂਨੀਵਰਸਿਟੀ ਨੇ ਦਿਨ ਤੁਹਾਨੂੰ ਬੱਚਿਆਂ ਨੂੰ ਦੇਣੀ ਆ। ਸੋ ਕਿੱਦਾਂ ਦੇਣੀ ਆ, ਸੋ ਇਹ ਵੀ ਜਿਹੜੇ ਸਵਾਲ ਆ ਤੁਸੀਂ ਯੂਨੀਵਰਸਿਟੀ ਦੇ ਰੈਪ੍ਰੈਜੈਂਟੇਟਿਵ ਤੋਂ ਡਾਇਰੈਕਟ ਪੁੱਛ ਸਕਦੇ ਆ, ਕਿਉਂਕਿ ਜਿਹੜੇ ਅਪਡੇਟ ਆਏ ਆ ਇਹਨਾਂ ਨੂੰ ਟ੍ਰੇਨਿੰਗ ਮਿਲ ਚੁੱਕੀ ਹੈ, ਕਿੱਦਾਂ ਦਾ ਪ੍ਰੋਸੈਸ ਜਿਹੜਾ ਕਿ ਰਹੇਗਾ, ਕਿੱਦਾਂ ਕਿੱਦਾਂ ਬੱਚਿਆਂ ਨੂੰ ਕਿੰਨਾ ਟਾਈਮ ਲੱਗੇਗਾ, ਕਿਹੜੇ ਇਨਟੇਕ, ਖਾਸ ਤੌਰ 'ਤੇ ਇਹਨਾਂ ਕੋਲ ਹਜੇ ਜੁਲਾਈ ਇਨਟੇਕ ਵੀ ਹੈਗਾ ਵਾ, ਦੈਨ ਅਕਤੂਬਰ ਇਨਟੇਕ ਵੀ ਹੈਗਾ ਵਾ। ਸੋ ਉਹਦੇ ਵਾਸਤੇ ਤੁਸੀਂ ਜ਼ਰੂਰ ਆਓ, ਅਤੇ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਆ, ਦੂਰੋਂ ਨੇੜੇ ਆਓ, ਤਾਂ ਮੈਂ ਤੁਹਾਡੇ ਨਾਲ ਇੱਕੋ ਹੀ ਵਾਅਦਾ ਕਰੂੰਗਾ, ਤੁਹਾਡਾ ਦਿਨ, ਤੁਹਾਡਾ ਆਉਣ ਵਾਲਾ ਸਾਡੇ ਕੋਲ ਸਫ਼ਰ, ਤੁਹਾਡੀਆਂ ਬੱਸ 'ਤੇ ਟਿਕਟਾਂ ਖਰਚੀਆਂ ਜਾਂ ਗੱਡੀ 'ਚ ਤੇਲ ਪੋਇਆ, ਵਿਅਰਥ ਨਹੀਂ ਜਾਏਗਾ, ਫਾਇਦਾ ਹੀ ਹੋਏਗਾ, ਕੁਛ ਲਾਹਾ ਹੀ ਲੈ ਕੇ ਜਾਓਗੇ। ਕਿਉਂਕਿ ਕੈਨੇਡਾ 'ਚ ਜਿਹੜਾ ਹੁਣ ਆਉਣ ਵਾਲਾ ਸਮਾਂ ਨਾ, ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀਜ਼ੇ ਦੀ ਇੰਨੀ ਟੈਨਸ਼ਨ ਨਹੀਂ ਹੈਗੀ, ਟੈਨਸ਼ਨ ਹੈਗੀ ਉੱਥੇ ਪੜ੍ਹ ਕੇ ਸੈਟਲਮੈਂਟ ਨੂੰ ਲੈ ਕੇ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨਗੀਆਂ। ਸੋ ਜ਼ਰੂਰ ਆਪਣੇ ਪਰਿਵਾਰ ਸਮੇਤ ਆਓ, ਕਾਲ ਕਰੋ, ਮੈਂ ਤਾਂ ਕਹੂੰਗਾ ਹਰ ਬੱਚੇ ਨੂੰ ਕਹੂੰਗਾ, ਪੇਰੈਂਟਸ ਨੂੰ ਕਹੂੰਗਾ, ਆਪਣੇ ਸਾਰੇ ਡਾਊਟ ਕਲੀਅਰ ਕਰੋ, ਦੈਨ ਜਿਹੜੀ ਆਪਣੀ ਕਿਸਮਤ ਸਾਡੇ ਹੱਥ 'ਚ ਜਾ ਕੇ ਦਿਓ। ਅਤੇ ਇਹ ਚੀਜ਼ ਬਹੁਤ ਜ਼ਰੂਰੀ ਆ, ਕਿਉਂਕਿ ਉਸ ਦਿਨ ਇੰਟਰਮੀਡੀਏਟਰ ਕੋਈ ਨਹੀਂ ਹੋਣਾ, ਵਿੱਚ ਵਿਚੋਲਾ ਨਹੀਂ ਹੋਣਾ, ਰੈਪ੍ਰੈਜੈਂਟੇਟਿਵ ਦੇ ਨਾਲ ਡਾਇਰੈਕਟ ਤੁਸੀਂ ਜਿਹੜਾ ਕਿ ਵਾਰਤਾਲਾਪ ਕਰ ਸਕਦੇ ਆ। ਚਲੋ, ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੀਰਥ ਜੀ ਨੇ। ਸੋ 85578 85578 ਇਸ ਨੰਬਰ 'ਤੇ ਤੁਰੰਤ ਫੋਨ ਕਰੋ,
ਧੀਰਜ ਜੀ ਦੇ ਨਾਲ। ਧੀਰਜ ਜੀ ਵਾਕ ਇਨ ਹੈ ਕੋਈ ਪਹਿਲਾਂ ਕੋਈ ਅਪਾਇੰਟਮੈਂਟ ਬਣਾਉਣ ਦੀ ਲੋੜ? ਸਰ ਮੈਂ ਤਾਂ ਕਹੂੰਗਾ ਕਿ ਹਾਂ ਹੋਇਆ ਤਾਂ ਵਾਕ ਇਨ ਹੈ, ਬਿਲਕੁਲ ਤੁਸੀਂ ਆ ਸਕਦੇ, ਪਰ ਇੱਕ ਹਾਂ ਕਾਲ ਕੀਤੀ ਹੋਵੇ ਕਿਉਂਕਿ ਨਾ ਰੈਪ੍ਰੈਜੈਂਟੇਟਿਵ ਕੋਲ ਵੀ ਲਿਮਿਟਡ ਸਮਾਂ ਹੁੰਦਾ, ਟਾਈਮ ਆ, ਤੇ ਇਸ ਵੇਲੇ ਤਾਂ ਉਹਨਾਂ ਨੇ ਸਾਡਾ ਪੂਰਾ ਦਿਨ ਸਾਨੂੰ ਐਲੋਕੇਟ ਕੀਤਾ ਹੋਇਆ ਕਿ ਹਾਂਜੀ ਤੁਸੀਂ ਆਪਣੇ ਬੱਚਿਆਂ ਨਾਲ ਬਣਾ ਲੈਣ, ਸਟੂਡੈਂਟ ਦੇ ਫਾਇਦਾ ਰਹੇਗਾ ਸਰ, ਬੱਚਿਆਂ ਦਾ ਕਹਿੰਦੇ ਸਮਾਂ ਹੀ ਜ਼ਿੰਦਗੀ 'ਚ ਸਭ ਕੁਛ ਹੈਗਾ, ਅਤੇ ਬੱਚਿਆਂ ਦਾ ਸਮਾਂ ਵੀ ਬਚੇਗਾ ਅਤੇ ਰੈਪ੍ਰੈਜੈਂਟੇਟਿਵ ਵੀ ਆਪਣੇ ਅਕੋਰਡਿੰਗ, ਅਤੇ ਉਹਨਾਂ ਬੱਚਿਆਂ ਨੂੰ ਉੱਨੀ ਵਧੀਆ ਗਾਈਡੈਂਸ ਜਿਹੜੀ ਕੀ ਆ ਦੇ ਸਕਣਗੇ। ਚਲੋ ਬਹੁਤ ਬਹੁਤ ਧੰਨਵਾਦ ਜੀ, 85578 85578 'ਤੇ ਕਰੋ ਟੈਲੀਫੋਨ।